ਬਹੁਤ ਮੈਲ ਜਾਂਦੀ ਹੈ, ਸਾਡੀ ਮੈਲ ਉਤਰਦੀ। ਕਹਿੰਦੇ ਲੋਕ ਗੰਗਾ 'ਤੇ ਇਸ਼ਨਾਨ ਕਰਦੇ ਆ, ਸਰੋਵਰਾਂ ਵਿੱਚ ਕਰਦੇ ਆ, ਤੀਰਥਾਂ 'ਤੇ ਕਰਦੇ ਆ, ਸਭ ਤੋਂ ਵੱਧ ਮੈਲ ਉਤਰਦੀ ਹੈ ਮਹਾਂਪੁਰਸ਼ਾਂ ਦੀ ਸੰਗਤ 'ਚ, ਤੀਰਥਾਂ 'ਤੇ ਨਹੀਂ। ਕਹਿੰਦੇ ਤੀਰਥਾਂ 'ਤੇ ਵੀ ਮੈਲ ਚੜ੍ਹ ਜਾਂਦੀ ਹੈ, ਉਹ ਵੀ ਲੋਚਦੇ ਸੰਤਾਂ ਨੂੰ ਕਿ ਕੋਈ ਸਾਧੂ ਸੰਤ ਆਵੇ ਸਾਡੀ ਮੈਲ ਉਤਾਰੇ। ਗੰਗਾ ਜਮਨਾ ਗੋਦਾਵਰੀ ਸਰਸਤੀ ਤੈ ਉਦਮ ਕਰੇ ਤੂੰ ਸਾਧੂ ਕੀਤਾ, ਕਿਲਵਿਖ ਮੈਲ ਭਰੇ ਪਰੇ ਹਮਰੇ ਚਮਰੇ। ਤੀਰਥ ਕਹਿੰਦੇ ਸਾਡੀ ਮੈਲ ਮਹਾਂਪੁਰਸ਼ ਲਾਉਂਦੇ ਆ ਨਾਮ ਜਪਣ ਵਾਲੇ। ਇਸ ਤੋਂ ਭਾਵ ਕਿ ਅਸੀਂ ਸਰੋਵਰਾਂ ਵਿੱਚ, ਤੀਰਥਾਂ 'ਤੇ, ਗੰਗਾ ਜਮਨਾ ਜਾ ਕੇ ਨਹਾਈਏ, ਉਹਨਾਂ ਨਾਲੋਂ ਵੀ ਬਾਬਾ ਖੇਮ ਸਿੰਘ ਜੀ, ਬਾਬਾ ਕੁੰਨਨ ਸਿੰਘ ਜੀ, ਚਾਰ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਹੈ। ਇਹ ਤੀਰਥ ਉਸ ਤੋਂ ਵੀ ਵੱਡਾ, ਜਿਹੜਾ ਇੱਥੇ ਆਵੇਗਾ ਬਾਬਾ ਜੀ ਦੀ ਇਸ ਬਰਸੀ ਦੇ ਦਿਹਾੜਿਆਂ 'ਤੇ ਇੱਥੇ ਨਾਨਕਸਰ, ਉਹਦੀ ਪਤਾ ਹੀ ਨਹੀਂ ਕਿੰਨੀ ਕੁ ਮੈਲ ਉਤਰ ਜਾਏਗੀ। ਅਤੇ ਮੈਲ ਕੀ ਕਰਦੀ ਹੈ? ਮੈਲ ਨਾਲ ਹੀ ਸਾਨੂੰ ਬੁਖਾਰ ਚੜ੍ਹਦੇ ਆ, ਮੈਲ ਨਾਲ ਹੀ ਸਾਡੇ ਤਨ ਮਨ ਦੇ ਰੋਗ ਸ਼ੁਰੂ ਹੁੰਦੇ ਆ, ਪਾਪਾਂ ਨਾਲ ਹੀ ਦੁੱਖ ਨੇ ਸਾਰੇ, ਜੜ ਇਹਦੀ ਪਾਪ ਹੈ। ਅਤੇ ਪਾਪ ਜਾਂਦੇ ਆ ਮਹਾਂਪੁਰਸ਼ਾਂ ਦੀ ਸੰਗਤ ਕੀਤੇ ਆ, ਉਹਨਾਂ ਦੇ ਸਥਾਨ 'ਤੇ ਜਾਇਆ, ਉਹਨਾਂ ਦੀ ਸੰਗਤ ਵਿੱਚ ਰਿਹਾ। ਜਿਵੇਂ ਸਾਰੇ ਸੰਸਾਰ ਨੂੰ ਪਤਾ ਹੈ ਕਿ ਬਾਬਾ ਮਹਾਰਨਾਮ ਸਿੰਘ ਜੀ ਦੇ ਸਥਾਨ ਡੇਰਾ ਰੂਮੀ ਪੁੱਛੋ ਕਲਾਂ, ਜੇ ਅਸੀਂ ਚਲੇ ਗਏ ਤਾਂ ਖਾਲੀ ਨਹੀਂ ਮੁੜਾਂਗੇ, ਇੰਨੀ ਇੱਥੋਂ ਦੀ ਵਡਿਆਈ। ਇਹ ਗੁਰੂ ਨਾਨਕ ਸਾਹਿਬ ਦਾ ਸੱਚਾ ਦਰਬਾਰ ਹੈ, ਇਹ ਧੰਨ ਗੁਰੂ ਨਾਨਕ ਦੀ ਦਰਗਾਹ ਹੈ। ਬਾਬਾ ਜੀ ਦੀਆਂ ਲਿਖਤਾਂ ਨੇ ਕਿ ਇਹ ਨਹੀਂ ਗੱਲਾਂ ਨਹੀਂ, ਉਹਨਾਂ ਨੇ ਲਿਖਾ ਕੇ ਇੱਥੇ ਰੱਖ ਗਏ ਸੀ ਸਾਰੀਆਂ ਰਜਿਸਟਰ ਪਰਚੀਆਂ ਜੋ ਕੁਝ ਵੀ, ਕਿ ਜੋ ਇੱਥੇ ਲੇਖ ਲਿਖੇ ਜਾਂਦੇ ਆ ਉਹ ਉੱਥੇ ਲਿਖੇ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਇੱਥੇ ਬਖਸ਼ ਦਿੰਦੇ ਹਾਂ ਉਹ ਦਰਗਾਹ 'ਚ ਬਖਸ਼ੇ ਜਾਂਦੇ ਆ। ਇੰਨੀ ਵੱਡੀ ਉਹਨਾਂ ਨੇ ਤੁਲਨਾ ਕੀਤੀ ਹੈ ਕਿ ਪਰਮੇਸ਼ਰ ਦੀ ਦਰਗਾਹ, ਪਰਮੇਸ਼ਰ ਦਾ ਸੱਚਖੰਡ ਜਿਹੜਾ ਨਿਰੰਕਾਰ ਦਾ ਹੈ ਉਹਦੇ ਵਿੱਚ ਤੇ ਡੇਰੇ ਰੂਮੀ ਵਾਲੇ ਵਿੱਚ ਕੋਈ ਫਰਕ ਨਹੀਂ, ਆਖੋ ਸੀ ਇੱਕੋ ਹੀ। ਜਿਨ੍ਹਾਂ ਦੇ ਇੱਥੋਂ ਲੇਖੇ ਪਾੜਦੇ ਉਹਨਾਂ ਦੇ ਉੱਥੇ ਲੇਖੇ ਪਾੜ ਕੇ, ਜਿਨ੍ਹਾਂ ਦੇ ਇੱਥੇ ਲੇਖ ਲਿਖਦੇ ਉਹਨਾਂ ਦੇ ਧੁਰੋਂ ਦਰਗਾਹੋਂ ਲੇਖ ਲਿਖੇ ਗਏ। ਇਹ ਬਾਬਾ ਜੀ ਨੇ ਲਿਖਵਾ ਕੇ ਲਿਖਤਾਂ ਇੱਥੇ ਰੱਖੀਆਂ ਨੇ ਕਿ ਇਹਨੂੰ ਕੋਈ ਝੂਠ ਨਾ ਮੰਨ ਲਵੇ ਕਿ ਇਹ ਕੋਈ ਆਮ ਜਗ੍ਹਾ ਨਹੀਂ, ਆਮ ਕੋਈ ਸੰਤਾਂ ਦਾ ਡੇਰਾ ਨਹੀਂ, ਇਹ ਬਾਬੇ ਨਾਨਕ ਦੀ ਸੱਚੀ ਦਰਗਾਹ ਹੈ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਕਤੀ ਬਿਰਾਜਮਾਨ ਹੈ ਅਤੇ ਰਵੇਗੀ ਅਤੇ ਵਧੇਗੀ, ਘਟੇਗੀ ਨਹੀਂ। ਇਹ ਨਹੀਂ ਕਿ ਕਈਆਂ ਸਥਾਵਾਂ ਦੀ ਸ਼ਕਤੀ ਘੱਟ ਜਾਂਦੀ ਹੈ, ਇਹਨਾਂ ਦਾ ਪ੍ਰਤਾਪ ਦਿਨੋ ਦਿਨ ਵੱਧਦਾ ਜਾਏਗਾ। ਜਿਸ ਤਰ੍ਹਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਾਡੇ ਦੋ ਸਥਾਨ ਤਾਂ ਬਹੁਤ ਹੀ ਵੱਡੇ ਨੇ ਸਿੱਖ ਧਰਮ ਦੇ ਵਿੱਚ, ਬਾਕੀ ਸਥਾਨ ਵੀ ਬਹੁਤ ਵੱਡੇ ਨੇ, ਨਨਕਾਣਾ ਸਾਹਿਬ, ਪਟਨਾ ਸਾਹਿਬ। ਬੇਅੰਤ ਗੁਰੂ ਕਰਦੇ ਆ ਇਹਨਾਂ ਦੀ ਯਾਤਰਾ ਕਰੇ,
ਬਾਣੀ ਪੜ੍ਹਦਿਆਂ ਕਰੇ, ਨਿਰਬਲ ਹੋ ਕੇ ਕਰੇ। ਇੱਥੋਂ ਧੂੜੀ ਲੈਣ ਦੇ ਨਾਲ ਬੰਦੇ ਦੇ ਅੱਛੇ ਲੇਖ ਬਣ ਜਾਂਦੇ ਹਨ। ਸੰਗਤ ਵਿੱਚ ਆਵੇ, ਸੰਗਤ ਵਿੱਚ ਬੈਠੇ। ਬਾਬਾ ਜੀ ਨੇ ਕਿਹਾ ਸੀ ਅਸੀਂ ਬਿਰਾਜਮਾਨ ਹੀ ਰਵਾਂਗੇ, ਇੱਥੇ ਜਾਵਾਂਗੇ ਨਹੀਂ। ਸਾਡੀ ਸ਼ਕਤੀ ਇੱਥੇ ਬਿਰਾਜਮਾਨ ਹੀ ਰਹੇਗੀ ਅਤੇ ਦਿਨੋ ਦਿਨ ਵਧੇਗੀ, ਘਟੇਗੀ ਨਹੀਂ। ਮਹਿਮਾ ਸਾਧੂ ਸੰਗ ਕੀ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੇਤਾ। ਅਗਲੀ ਪੰਕਤੀ ਦੇ ਅਰਥ ਵੀ ਸੁਣ ਲਓ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਤੂੰ ਬਾਬਾ ਮਹਾਰਨਾਮ ਸਿੰਘ ਜੀ ਦੇ ਸਥਾਨ ਤੇ ਰਹਿ ਕੇ ਭਗਤੀ ਕਰਕੇ ਵੇਖ ਲਾ, ਕਹਿੰਦੇ ਹਾਥੀ ਤੇ ਕੀੜੀ ਦਾ ਕਿੰਨਾ ਫਰਕ ਹੈ, ਕਿੱਥੇ ਕੀੜੀ ਕਿੱਥੇ ਹਾਥੀ। ਕਹਿੰਦੇ ਕੀੜੀ ਹਾਥੀ ਨੂੰ ਜਿੱਤ ਲਵੇਗੀ, ਕੀੜੀ ਇੱਕ ਨਿੱਕੀ ਜੀ ਚੀਟੀ ਹਾਥੀ ਤੇ ਜਿੱਤ ਪ੍ਰਾਪਤ ਕਰ ਲਵੇਗੀ ਜੇ ਕੋਈ ਬਾਬਾ ਮਹਾਰਨਾਮ ਸਿੰਘ ਜੀ ਦੇ ਥਾਂ ਤੇ ਰਹਿ ਕੇ ਭਗਤੀ ਕਰੇਗਾ। ਕੀਤੀ ਨਾ ਬਾਬਾ ਖੇਮ ਸਿੰਘ ਜੀ ਨੇ, ਕੀਤੀ ਭਗਤੀ ਬਾਬਾ ਨਰੈਣ ਸਿੰਘ ਜੀ ਨੇ, ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਨੇ। ਅੱਜ ਉਹਨਾਂ ਦੀਆਂ ਆਪਾਂ ਯਾਦਾਂ ਮਨਾ ਰਹੇ ਨੇ, ਉਹਨਾਂ ਨੂੰ ਲੋੜ ਹੀ ਨਹੀਂ ਕੋਈ ਯਾਦਾਂ ਦੀ, ਉਹ ਬਾਬਾ ਜੀ ਦੇ ਵਿੱਚ ਭੇਦ ਨੇ ਮਹਾਂਪੁਰਖ ਸਾਰੇ। ਬਾਬਾ ਕੁੰਦਨ ਸਿੰਘ ਮਹਾਰਾਜ, ਇੱਕ ਵਾਰੀ ਬਾਬਾ ਜੀ ਦੀ ਮਾਸੀ ਹਰਿਆਣੇ ਦੇ ਵਿੱਚੋਂ ਆਈ ਅਤੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੂੰ ਮਿਲੀ, ਬੜੀ ਸੋਭਾ ਸੁਣ ਕੇ ਆਈ। ਆਣ ਕੇ ਕਹਿੰਦੀ, ਉਹ ਕੁੰਦਨ ਲਾਲਾ ਤੂੰ ਕੀ ਬਣਿਆ ਬੈਠਾ। ਬਾਬਾ ਜੀ ਕਹਿੰਦੇ, ਸਾਨੂੰ ਬਾਬਾ ਜੀ ਨੇ ਬਣਾ ਤਾ, ਮਹਾਂਪੁਰਖਾਂ ਨੇ ਬਣਾ ਤਾ, ਹੁਣ ਉਹਨੇ ਤਾਂ ਵੇਖਿਆ ਸੀ ਬਾਬਾ ਜੀ ਨੂੰ ਛੋਟੇ ਜਿਹੇ ਹੁੰਦਿਆਂ ਹੋਇਆਂ ਕੁੰਦਨ ਲਾਲ ਇੱਕ ਆਮ ਘਰ ਦੇ ਬੱਚੇ ਸੀ ਅਤੇ ਮਾਸੀ ਵੇਖ ਕੇ ਕਹਿੰਦੀ, ਕੁੰਦਨ ਲਾਲਾ ਤੂੰ ਕੀ ਬਣਿਆ ਬੈਠਾ। ਇਸ ਕਰਕੇ ਭਾਈ ਕਹਿੰਦੇ ਇਸ ਥਾਂ ਦੀ ਭਗਤੀ ਇਹ ਇੰਨਾ ਬਾਲੇ ਕੋਈ ਬਾਬਾ ਖੇਮ ਸਿੰਘ ਜੀ ਬਾਬਾ ਮਹਾਰਨਾਮ ਸਿੰਘ ਜੀ ਦੇ ਡੇਰਾ ਰੂਮੀ ਉੱਚੋ ਕਲਾ ਨਾਨਕ ਸਰ ਕਲੇਰਾ ਰਹਿ ਕੇ ਭਗਤੀ ਕਰ ਲਵੇ, ਕੀੜੀ ਹਾਥੀ ਨੂੰ ਜਿੱਤ ਲਵੇਗੀ, ਕੀੜੀ ਕੋਲ ਸ਼ਕਤੀ ਹਾਥੀ ਤੋਂ ਵੱਧ ਆ ਜਾਏਗੀ, ਇੰਨੀ ਸ਼ਕਤੀ ਹੈ ਬਾਬਾ ਜੀ ਦੇ ਸਥਾਨ 'ਤੇ। ਪਰ ਜੇ ਕੋਈ ਭਗਤੀ ਕਰੇ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਹਾਂਜੀ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਜਿਹਨੂੰ ਬਾਬਾ ਜੀ ਨੇ ਆਪਦਾ ਬਣਾ ਲਿਆ ਉਹਦੇ ਡਰ ਹੀ ਚੱਕੇ ਜਾਣੇ ਆ, ਉਹਦੇ ਭੈ ਹੀ ਚੱਕੇ ਜਾਣੇ ਆ, ਉਹ ਡਰੇਗਾ ਹੀ ਨਹੀਂ ਕਿਸੇ ਤੋਂ, ਸਾਰੀ ਦੁਨੀਆ ਉਹਦੇ ਤੋਂ ਡਰੇਗੀ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ, ਜਿਹਨੂੰ ਜਿਹਨੂੰ ਬਾਬਾ ਜੀ ਨੇ ਆਪਦਾ ਬਣਾ ਲਿਆ ਉਹਨਾਂ ਨੂੰ ਅਭੈ ਕਰਤਾ, ਸਾਰੀ ਭੈ ਚੱਕੇ ਗਏ। ਸਿੰਘ ਬਿਲਾਈ ਹੋਏ ਗਯੋ ਤ੍ਰਿਣ ਮੇਰ ਦਿਖੀਤਾ। ਸੁਣ ਲਓ, ਬਾਬਾ ਜੀ ਪੁੱਛੋ ਵਾਲੇ ਬਾਬਾ ਮਹਾਰਨਾਮ ਸਿੰਘ ਜੀ ਦੀ ਏਡੀ ਸ਼ਕਤੀ ਕਿ ਬਿੱਲੀ ਸ਼ੇਰ ਬਣ ਜਾਏਗੀ, ਬਿੱਲੀ ਤੇ ਕਹਿੰਦੇ ਤੀਲਾ ਸਮੇਰ ਪਰਬਤ ਬਣ ਜਾਏਗਾ, ਇੰਨੀ ਸ਼ਕਤੀ ਜੇ ਬਾਬਾ ਜੀ ਦੇ ਘਰ 'ਚ। ਇਹਨੂੰ ਮਾੜਾ ਮੋਟਾ ਨਾ ਸਮਝ ਲਿਓ ਕਿ ਬਾਬਾ ਮਹਾਰਨਾਮ ਸਿੰਘ ਦਾ ਸਥਾਨ ਇਹ ਕੀ ਹੁੰਦਾ, ਦੇਖਿਆ ਇੱਥੇ ਲੱਭੇ ਨਹੀਂ ਉਹ ਸੰਸਾਰ ਵਿੱਚ। ਇਹਨਾਂ ਨੂੰ ਐਵੇਂ ਨਾ ਸਮਝਿਓ, ਕਹਿੰਦੇ ਨੇ ਬਿੱਲੀ ਸ਼ੇਰ ਬਣ ਜਾਏਗੀ,
एक तीला समेर पर्वत बन जाएगा जे कोई बाबा जी के चरणा नाल इत्थे जुड़ के सेवा करे। श्रम करते दम आड़ को तेग नीत नीता अधी कौड़ी अधी कौड़ी केंदे अधी कौड़ी दा शिंबा करोड़ा लखा दा हो गया। आड़ दाम को शिपरो होयो लखीना केंदे इत्थे कौड़ी दा बंदा करोड़ा दा बनेगा लखा दा। जिन्हों एक कौड़ी दा केंदे है ना ओहो ही बहुत अमीर बन जाएगा ते घणी तनीता। हाँ जी कवन वडाई कह सको बेअंत गुणीता कहते मैं वडियाइयां जिन्नियां मर्जी कर लो मैं किन्नी कु वडियाई कवा। बाबा जी डेरा रूमी दी किन्नी कु वडियाई करां इथों दी कहते जिन्नी मर्जी वडियाई कर लो वो भी थोड़ी कौन बड़ाई कह सको। कर कृपा मोहि नाम देहो नानक दर सरीता कृपा करके मेनू नाम दी दात बख्शो ते मेरे ते भी कृपा होवे मैं तुहाडे चरणा नाल जुड़ के नाम जप लवां बाणी पढ़ लवां। बाबा जी कहिंदे सी किते भी 12 साल सेवा कर लो किसे तीर्थ ते कर लो वड्डे तो वड्डे ते कहिंदे पुछो दे विच एक साल कर लो ते 12 सालां दे बराबर है। ये बाबा जी दी बाबा खिम सिंह जी महापुरखां दे बचन है उन्हां दे कि इत्थों दी सेवा बहुत वड्डी है सचखंड दी दरगाह दी सेवा है भागां वालियां नूं मिलदी है ते आ जिहड़ी वड्याई आपां इस शब्द विच गुरु अर्जन देव जी ने कीती है महिमा साधु संग की सुनो मेरे मीता।